ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੁਸੀਂ ਵੇਖ ਰਹੇ ਹੋ ਦੇਸੀ ਚੈਨਲ ਇਕਬਰ ਫਰਥੋਂ ਤੁਹਾਡੇ ਲਈ ਲੈ ਕੇ ਆਇਆ ਹਾਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਹੋਈ ਲੇਟੈਸਟ ਅਪਡੇਟ ਵੈਲ ਇਹ ਅਪਡੇਟ ਜੁੜੀ ਹੋਈ ਹੈ ਸਿੰਗਰ ਤੇ ਐਕਟਰ ਯੋਵਰਾਜ ਹੰਸ ਦੇ ਨਾਲ ਜੀ ਹਾਂ ਯੋਵਰਾਜ ਹੰਸ ਜਿਨ੍ਹਾਂ ਦੀ ਸਿੰਗਿੰਗ ਨੂੰ ਅਸੀਂ ਸਾਰੇ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਾਂ ਤੇ ਉਹਨਾਂ ਨੇ ਐਕਟਿੰਗ ਵਿੱਚ ਵੀ ਆਪਣਾ ਵੱਡਾ ਨਾਮ ਬਣਾਇਆ ਹੈ ਯਾਰਨ ਮੁੰਲੇ ਵਰਗੀਆਂ ਸੁਪਰ ਹਿੱਟ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਉਹਨਾਂ ਦੀ ਇੱਕ ਆਉਣ ਵਾਲੀ ਫਿਲਮ ਅਨਾਉਂਸ ਹੋਈ ਹੈ ਜੀ ਹਾਂ ਜਿੱਥੇ 2020 ਫੀ ਐਂਟਰਟੇਨਮੈਂਟ ਦੇ ਨਾਲ ਪਰਿਆ ਹੋਣ ਵਾਲਾ ਹੈ ਤੇ ਬਹੁਤ ਸਾਰੀਆਂ ਫਿਲਮਾਂ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲੀਆਂ ਨੇ ਉੱਥੇ ਇੱਕ ਹੋਰ ਫਿਲਮ ਦੀ ਅਨਾਉਂਸਮੈਂਟ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਇਹ ਫਿਲਮ ਹੈ ਮੁੰਡਾ ਰੌਕਸਟਾਰ ਤੇ ਵਾਕਈ ਰੌਕਸਟਾਰ ਹੈ ਯੁਵਰਾਜ ਹੰਸ ਤੇ ਉਹਨਾਂ ਨੇ ਇਸ ਫਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ ਦੱਸਦੀ ਹੈ ਕਿ ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਹੋਇਆ ਯੁਵਰਾਜ ਹੰਸ ਨੇ ਲਿਖਿਆ ਇੰਟਰੋਡਿਊਸਿੰਗ ਦਾ ਫਰਸਟ ਲੁੱਕ ਆਫ ਮਾਈ ਅਪਕਮਿੰਗ ਮੂਵੀ ਮੁੰਡਾ ਰੌਕਸਟਾਰ ਨੀਡ ਯੂ ਲਵ ਐਂਡ ਬlesਸਿੰਗਸ ਦੱਸਦੀ ਹੈ ਕਿ ਇਸ ਪੋਸਟ ਦੇ ਵਿੱਚ ਨੇ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੀ ਅਦਿੱਤੀ ਆਰਿਆ ਨੂੰ ਵੀ ਟੈਗ ਕੀਤਾ ਹੈ ਤੇ ਇਸ ਤੋਂ ਇਲਾਵਾ ਫਿਲਮ ਦੇ ਡਾਇਰੈਕਟਰ ਸੱਤੇਜੀਤ ਪੁਰੀ ਨੂੰ ਵੀ ਟੈਗ ਕੀਤਾ ਹੈ ਦੱਸਦੀ ਹੈ ਕਿ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਸੱਤੇਜੀਤ ਪੁਰੀ ਤੇ ਇਸ ਫਿਲਮ ਦੇ ਵਿੱਚ ਲੀਡ ਰੋਲ ਤੇ ਯੁਵਰਾਜ ਹੰਸ ਦਾ ਸਾਥ ਨਿਭਾਉਣਗੇ ਅਦਿੱਤੀ ਆਰਿਆ ਤੇ ਮੁਹੰਮਦ ਨਜ਼ੀਮ ਫਿਲਮ ਦੇ ਪ੍ਰੋਡਿਊਸਰ ਨੇ ਸੰਜੇ ਜਲਾਨ ਤੇ ਅਭਿਸ਼ੇਕ ਜਲਾਨ ਦੱਸਦੀ ਹੈ ਕਿ ਫਿਲਮ ਦੇ ਡਾਇਰੈਕਟਰ ਸੱਤੇਜੀਤ ਪੁਰੀ ਨੇ ਤੇ ਫਿਲਮ ਦੇ 뮤직 ਕੰਪੋਜ਼ਰ ਨੇ ਜੈਦੇਵ ਕੁਮਾਰ ਫਿਲਮ ਦੇ ਗਾਣਿਆਂ ਨੂੰ ਲਿਖਿਆ ਹੈ ਗੋਪੀ ਸਿੱਧੂ ਨੇ ਤੇ ਫਿਲਮ ਦੀ ਸਟੋਰੀ ਸਕ੍ਰੀਨ ਇਸ ਕੋਲ ਇਹਤੇ ਡਾਇਲੌਗ ਲਿਖੇ ਨੇ ਸੱਤੇਜੀਤ ਪੁਰੀ ਨੇ ਤੇ ਉਹਦਾ ਸਾਥ ਨਿਭਾਇਆ ਨਵਦੀਪ ਮੋਰਗਲ ਨੇ ਇਸ ਤੋਂ ਇਲਾਵਾ ਜੇਕਰ ਕਾਸਟਿੰਗ ਦੀ ਗੱਲ ਕੀਤੀ ਜਾਵੇ ਸਾਨੂੰ ਫਿਲਮ ਦੇ ਵਿੱਚ ਯਵਰਾਜ ਹੰਸ ਤੇ ਅਦਿਤੀ ਆਰਿਆ ਦੀ ਜੋੜੀ ਦੇ ਨਾਲ-ਨਾਲ ਮੁਹੰਮਦ ਨਜ਼ੀਮ ਤੇ ਗੁਰਚੇਤ ਚਿੱਤਰਕਾਰ ਵਰਗੇ ਮਜੇ ਹੋਏ ਕਲਾਕਾਰ ਵੀ ਨਜ਼ਰ ਆਉਣ ਵਾਲੇ ਨੇ ਫਿਲਮ ਦੇ ਵਿੱਚ ਸਾਨੂੰ ਗਾਮਾ ਸਿੱਧੂ ਆਰ ਜੇ ਪ੍ਰੀਤਮ ਤੇ ਰਣਵੀਰ ਵੀ ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਫਿਲਮ ਦੀ ਪ੍ਰੈਜੈਂਟੇਸ਼ਨ ਦੀ ਤੇ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਨੇ ਇੰਡੀਆ ਗੋਲਡ ਫਿਲਮਸ ਯਾਨੀ ਕਿ ਸਪੈਨਰਸ ਲਈ ਇਹ ਫਿਲਮ ਰਿਲੀਜ਼ ਹੋ ਜਾਣੀ ਹੈ ਫਿਲਮ ਦੀ ਕੋਈ ਪਰਟੀਕੂਲਰ ਰਿਲੀਜ਼ ਡੇਟ ਸਾਂਝੀ ਨਹੀਂ ਕੀਤੀ ਗਈ ਹੈ ਲੇਕਿਨ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਫਿਲਮ 2023 ਦੇ ਵਿੱਚ ਹੀ ਸਿਨੇਮਾ ਕਰਾਚ ਆ ਜਾਵੇਗੀ ਫਿਲਮ ਦੇ ਐਕਸਾਈਟਿਡ ਜਿੱਥੇ ਕਿ ਯੁਵਰਾਜ ਹੰਸ ਦੇ ਫੈਨਸ ਨੇ ਉੱਥੇ ਹੀ ਬੜੇ سارے ਸੈਲੀਬ੍ਰਿਟੀਜ਼ ਨੇ ਵੀ ਕਮੈਂਟ ਕੀਤਾ ਜਿਨ੍ਹਾਂ ਵਿੱਚੋਂ ਆਰਿਆ ਬੱਬਰ ਵੀ ਇੱਕ ਨੇ ਆਰਿਆ ਬੱਬਰ ਨੇ ਕਮੈਂਟ ਕਰਕੇ ਲਿਖਿਆ ਸੁਪਰਬ ਟਾਈਟਲ ਬੈਂਗ ਔਨ ਇਸ ਤੋਂ ਇਲਾਵਾ ਅਜੀਤ ਮਹਿੰਦੀ ਨੇ ਵੀ ਕਮੈਂਟ ਕੀਤਾ ਕੰਗ੍ਰੈਚੁਲੇਸ਼ਨਸ ਲੁਕਿੰਗ ਫੋਰਵਰਡ ਨਵਰਾਜ ਹੰਸ ਯਾਨੀ ਕਿ ਯੁਵਰਾਜ ਦੇ ਪ੍ਰਾਂ ਨੇ ਕਮੈਂਟ ਕੀਤਾ ਹੈ ਖਿੱਚ ਕੇ ਕੰਮ ਮੇਰੀ ਜਾਨ ਇਸ ਤੋਂ ਇਲਾਵਾ ਉਹਨਾਂ ਦੇ ਬਹੁਤ ਸਾਰੇ ਫੈਨਸ ਦੇ ਐਕਸਾਈਟਮੈਂਟ ਪਰ ਕਮੈਂਟਸ ਆਨੇ ਤਾਂ ਸ਼ੁਰੂ ਹੋ ਹੀ ਚੁੱਕੇ ਨੇ ਦੱਸ ਦਈਏ ਕਿ ਫਿਲਮ ਦਾ ਪੋਸਟਰ ਸਾਹਮਣੇ ਆਇਆ ਹੈ ਲੇਕਿਨ ਫਿਲਹਾਲ ਯੂਵਰਾਜ ਅਦਿਤੀ ਤੇ ਨਜ਼ੀਮ ਦੀ ਫਰਸਟ ਲੁੱਕ ਸਾਹਮਣੇ ਆਉਣੀ ਬਾਕੀ ਹੈ ਕਿ ਫਿਲਮ ਦੇ ਵਿੱਚ ਉਹਨਾਂ ਦੀ ਲੁੱਕ ਕਿਹੋ ਜੀ ਹੋਣ ਵਾਲੀ ਹੈ ਜਿਵੇਂ ਫਿਲਮ ਨਾਲ ਜੁੜੀ ਕੋਈ ਹੋਰ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਦੇਸੀ ਚੈਨਲ ਦੇ ਜ਼ਰੀਏ ਤਦ ਤੱਕ ਲਈ ਫਿਲਹਾਲ ਇਨਾਈ ਤੇ ਪਾਲੀਵੁੱਡ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟਸ ਤੇ ਵੀਡੀਓ ਲਈ ਤੁਸੀਂ ਜੁੜੇ ਰਹ